खालसा वाहेगुरु जी की फतेह। अज असीं लाजवा टोपा जाते खड़े हाँ जिथे देख रहे हैं दीप सिद्धू की अंतम अरदास के शामिल दे विच होण लई टिकट टालियां बसों के विच। खालसा वाहेगुरु जी की फतेह। अज असीं लाजवा टोपा जाते खड़े हाँ जिथे देख रहे हैं दीप सिद्धू की अंतम अरदास के शामिल दे विच होण लई टिकट टालियां बसों के विच सैकड़ा योधे जिहड़े साडे हलका फलौर के यूथ आगू दीपा मठड्डा जी के नाल नाल काफ़ी संगत जा रही ने आओ देखते हैं अतुल प्लाजा का अखी चिट्टा हाल। आज आज भाई बाइट करने पर कर लेने दीप सिद्धू की अंतम अरदास आ फतेहगढ़ साहब देखा भाई जो टोल प्लाजा काफ़ी काफला जाए कि लग रहा ये भाजी जो दीप सिद्धू एक लहर जो पंजाब के बच्चे उन्हें बनाई सी नौजवानों के बच्च जिस तरह तुम देखोगे किस तरह वो शहीदी तो बाद वो नौजवानों को जगा गया एक उन्होंने रास्ता दे के गया कि जिन्ना चर तुम अपने हकों लिए आवाज़ नहीं उठाउणी उन्ना चर तुम सरकारां दे नाल अपना कोई भी हक ले नहीं सकते। वो नौजवानों एक लड़न का तरीका एक लहर दे के गया जिस तरह तुम नौजवानों के बच्चे भारी उत्साह देख रहे हैं सौ के हज़ार के हिसाब न गड्डियां जा रही अज दसिया जा रहा है कि 3 लाख तो उपर का इकट्ठ आ जो दीवान टोडर मल हाल फतेहगढ़ साहब के बच्च उसकी अंतम अरदास का भोग पाया जाएगा और जिस तरह पिछले दिन ही संस्कार के मौके भी 70-80 हज़ार का कट सी मैं सरों संस्कार से भी पहुँचा सगा और अज भी मेरे साथी कुछ मगर आ रहे उन्होंने नाल उत्तम अरदास से अं जा रहे हैं
और टोल प्लाजे तो गड्डियां बिल्कुल फ्री लगाइया जा रही है। ਮੱਬੇ ਜਿੱਦਾਂ ਅੱਜ ਕਾਫਲੇ ਜਾ ਰਹੇ ਆ ਨੌਜਵਾਨਾਂ ਨੇ ਜਿਹੜੀਆਂ ਕੇਸੀ ਦਸਤਾਰਾਂ ਸਾਈਆਂ ਸਿਰਾਂ ਤੁਹਾਨੂੰ ਕਿੱਦਾਂ ਲੱਗ ਰਿਹਾ ਜੇ? ਇਹਦੇ ਵਿੱਚ ਮੇਰੇ ਕੋਲ ਸ਼ਬਦ ਨਹੀਂ ਹੋ, ਮੈਂ ਤਾਂ ਸੋ ਜਿਹੜੀ ਸੀ ਉਹਨਾਂ ਦੀ ਉਹ ਤੇ ਪਹਿਲੀ ਮਾਰਚ 'ਚ ਪਾਸੇ ਇਸ ਤਰ੍ਹਾਂ ਕਰੇ ਕੌਮ ਨੂੰ ਵਿੱਚ ਵਾਧਾ ਹੀ ਕਰੇ, ਕਿਉਂ ਬੰਦਾ ਆਉਂਦਾ ਉਹੀ ਸਾਡਾ ਬੰਦਾ। ਅੱਜ ਉੱਥੇ ਜਾ ਰਹੇ ਉਹਨਾਂ ਨੇ ਕੌਮ ਵਾਸਤੇ ਜੇ ਕੁਰਬਾਨੀ ਕੀਤੀ ਹੈ, ਸ਼ਹੀਦੀ ਹੋਈ ਉਹਨਾਂ ਦੀ, ਜਾਲਮ ਸਰਕਾਰ ਨੇ ਉਹਨਾਂ ਨੂੰ ਇਹ ਧੋਖੇ ਦੇ ਨਾਲ ਮਾਰਿਆ, ਪਰ ਉਹਨਾਂ ਨੇ ਆਪਣੇ ਕੌਮ ਵਾਸਤੇ ਸੰਘਰਸ਼ ਲੜਦਿਆਂ ਹੋਏ ਆ ਆਪਣੀ ਕੌਮ ਨੂੰ ਜਗਾਇਆ ਵੀ ਆਪਾਂ ਗੁਲਾਮ ਹਾਂ ਅਤੇ ਆਪਾਂ ਨੂੰ ਆਜ਼ਾਦ ਹੋਣਾ ਚਾਹੀਦਾ, ਆਪਣੇ ਹੱਕ ਜਿਹੜੇ ਆ ਉਹ ਲੈਣੇ ਚਾਹੀਦੇ ਆ। ਇਸ ਕਰਕੇ ਅਸੀਂ ਭਾਈ ਦੀਪ ਸਿੱਧੂ ਦੇ ਅੰਤਮ ਅਰਦਾਸ ਦੇ ਵਿੱਚ ਪਹੁੰਚ ਰਹੇ ਹਾਂ, ਸ਼ਾਮਲ ਹੋ ਰਹੇ। ਬਾਬਾ ਜਿੱਦਾਂ ਅੱਜ ਜਿਹੜਾ ਕਾਫਲਾ ਜਾ ਰਿਹਾ ਹਰੇਕ ਦੇ ਸਿਰ 'ਤੇ ਦਸਤਾਰ ਸਜੀ ਉਹ ਕੇਸਰੀ, ਹਾਂਜੀ, ਆਪਾਂ ਨੂੰ ਉਹਨਾਂ ਕਿੱਦਾਂ ਦਾ ਦੇਖ ਕੇ ਲੱਗਦਾ ਵੀ ਜੋ ਨੌਜਵਾਨ ਪੀੜ੍ਹੀ? ਇਹ ਸਾਨੂੰ ਸਾਡੇ ਗੁਰੂ ਸਾਹਿਬਾਂ ਨੇ ਦਸਤਾਰ ਦਿੱਤੀ ਆ, ਸਾਬਤ ਸੂਰਤ ਦਸਤਾਰ ਸਿਰਾ, ਇਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸਿਧਾਂਤ ਵਾ, ਇਸ ਕਰਕੇ ਸਾਰੇ ਦਸਤਾਰਾਂ ਸਜਾ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਰਹੇ। ਸੰਗਤ ਅਤੇ ਵਾਹਿਗੁਰੂ, ਇੱਦਾਂ ਜਿੱਦਾਂ ਵੀਰ ਨੇ ਪਹਿਲਾਂ ਵੀ ਦੱਸਿਆ ਵੀ ਸੰਸਕਾਰ ਵਾਲੇ ਦਿਨ ਵੀ ਪਹੁੰਚੇ ਹਾਂ, ਪਰ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੱਦਾਂ ਅੰਦੋਲਨ ਦੇ ਵਿੱਚ ਦੀਪ ਸਿੱਧੂ ਨੇ ਮਤਲਬ ਸਭ ਤੋਂ ਵੱਧ ਯੋਗਦਾਨ, ਅੰਦੋਲਨ ਦਾ ਮੁੱਢ ਬੰਨਣ ਵਾਲਾ ਦੀਪ ਸਿੱਧੂ ਹੀ, ਮਤਲਬ ਅਸੀਂ ਜਦੋਂ ਪਹਿਲਾਂ ਆਪਣਾ ਅੰਦੋਲਨ ਸ਼ੁਰੂ ਹੋਇਆ ਨਾ ਜਿਹੜਾ ਕਿਸਾਨੀ ਮੋਰਚਾ, ਜਿਹਦਾ ਟਾਰਗੇਟ ਕਰਕੇ ਦੀਪ ਸਿੱਧੂ ਨੂੰ ਮਤਲਬ ਆਪਾਂ ਮਰਿਆ ਨਹੀਂ ਹੈ, ਮਰਵਾਇਆ ਗਿਆ ਵਾ ਜਾਂ ਏਜੰਸੀਆਂ ਨੇ ਮਾਰ ਦਿੱਤਾ ਜਾਂ ਕਿਸੇ ਤਰ੍ਹਾਂ ਵੀ ਲਾ ਲਓ, ਮਤਲਬ ਇਹ ਅੰਦੋਲਨ ਦਾ ਮੁੱਢ ਬੰਨਣ ਵਾਲਾ ਸੀ ਕਿਸਾਨ ਭੈਸੀ ਸੀ, ਗੁਰੂ ਸਾਹਿਬ ਦੀ ਕਿਰਪਾ ਸੀ ਉਹਨਾਂ 'ਤੇ ਅਤੇ ਮਤਲਬ ਕੌਮ ਦਾ ਦਰਦ ਸਮਝਦਾ ਸੀ, ਇੱਕ ਗਾਇਕ ਹੋ ਗਏ, ਮਤਲਬ ਇੱਕ ਗਾਇਕ ਹੋ ਗਏ, ਨਹੀਂ ਤਾਂ ਇਸ ਲਾਈਨ 'ਚ ਉਹਨੂੰ ਕੀ ਲੋੜ ਹੀ ਆਉਣ ਦੀ, ਇੱਕ ਗਾਇਕ ਹੋ ਗਏ, ਉਹਦੇ ਨਾਲ ਨੌਜਵਾਨਾਂ ਨੇ ਵੀ ਸਾਥ ਦਿੱਤਾ ਅਤੇ ਉਹਨੇ ਇਹ ਜਿਹੜਾ ਕਿਸਾਨ ਨੀ ਮੋਰਚਾ ਲੱਗਾ ਇਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। ਅਸੀਂ ਤਾਂ ਚਲੋ ਤਿੰਨ ਚਾਰ ਵਾਰ ਗਏ, ਜਿੰਨੀ ਵਾਰ ਗਏ ਬੜੇ ਪਿਆਰ ਨਾਲ ਮਿਲਦਾ ਰਿਹਾ ਵਾ, ਬੜੀ ਇੱਜ਼ਤ ਕਰਦਾ ਸੀ ਬਾਣੀ ਬਾਣੀ, ਉਹ ਇੱਕ ਵੱਖਰਾ ਹੀ ਮਤਲਬ ਕਿ ਰੂਪ ਆਪਾਂ ਨੂੰ ਵੇਖਣ ਨੂੰ ਮਿਲੂਗਾ। ਗੁਰੂ ਸਾਹਿਬ ਦੀ ਬੜੀ ਕਿਰਪਾ ਸੀਗੀ ਉਹ ਬੰਦੇ 'ਤੇ, ਬਾਕੀ ਜੇ ਆਪਾਂ ਉਹਦੀ ਕਦਰ ਜਿਉਂਦੇ ਜੀ ਪਾ ਜਾਂਦੇ ਤਾਂ ਅੱਜ ਆਪਾਂ ਨੂੰ ਇੰਨੀ ਭਾਈ ਦੌੜ ਕਰਨ ਦੀ ਲੋੜ ਨਹੀਂ ਸੀ, ਬਾਕੀ ਇੱਕ ਆਪਾਂ ਕੌਮ ਦਾ ਹੀਰਾ ਗਵਾ ਬੈਠੇ। ਵੱਡੀ ਗਿਣਤੀ ਵਿੱਚ ਜਿਹੜੇ ਲੋਕ ਪਹੁੰਚ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਸੇਧ ਜਿਹੜੀ ਅੱਗੇ ਮਿਲਣ ਦੀ ਉਮੀਦ? ਵੇਖੋ ਜੀ, ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਤਾਂ ਇੱਕੋ ਅਰਦਾਸ ਕਰਦੇ ਹਾਂ ਅਤੇ ਤੁਹਾਡੇ ਚੈਨਲ ਦਾ ਹੀ ਮੈਂ ਇੱਕੋ ਗੱਲ ਕਰਨਾ ਚਾਹੁੰਦਾ ਵੀ ਆਪਾਂ ਜੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਗਏ ਨਾ ਤਾਂ ਆਪਾਂ ਇੱਕ ਇਹੋ ਜਿਹੀ ਯੋਧੀ ਕੌਮ ਆ ਵੀ ਆਪਾਂ ਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ। ਬੋਲੇ ਸੋਹਣਿਆ, ਕਿੱਥੇ ਜਾ ਰਹੇ ਮੋਟਰਸਾਈਕਲ ਉੱਤੇ? ਫਤਿਹਗੜ੍ਹ ਸਾਹਿਬ ਸਰਹੰਦ ਜੀ। ਅੱਛਾ ਜੀ, ਹਾਂਜੀ ਹਾਂਜੀ, ਅਤੇ ਕੀ ਪ੍ਰੋਬਲਮ ਉੱਥੇ? ਜਿੱਦਾਂ ਕਿ ਦੀਪ ਸਿੱਧੂ ਨਾਲ ਜੋ ਸਾਜਿਸ਼ ਕੀਤੀ ਗਈ ਸਰਕਾਰ ਵੱਲੋਂ ਅਤੇ ਸਾਡੇ ਵੱਲੋਂ ਨਿੰਦਣ ਯੋਗ ਆ, ਅਤੇ ਚਲੋ ਅਸੀਂ ਦੀਪ ਸਿੱਧੂ ਨੂੰ ਉਹਦੇ ਸਾਡੇ ਪਟਿਆਲੇ ਦੇ ਭੋਗਦੇ ਜਾ ਰਹੇ ਹਾਂ ਸਰਹੰਦ ਸਾਰੇ ਵੀ। ਹਾਂਜੀ, ਅੰਮ੍ਰਿਤਸਰ ਤੋਂ ਆਏ ਹਾਂ। ਤੁਸੀਂ ਉਹਦੇ ਅੰਤਮ ਅਰਦਾਸ ਪਿੱਛੇ ਮਨਾਉਣ ਜਾ ਰਹੇ ਹੋ? ਹਾਂਜੀ ਹਾਂਜੀ ਹਾਂਜੀ।